ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਬਲੌਗ 'ਚ। ਬਾਕੀ ਬਾਈ ਅੱਜ ਆਪਣੇ ਸਰੋਂ ਦੇ ਟੋਈਏ ਲਾਉਣੇ ਆ, ਬੰਦੇ ਆ ਗਏ ਆਪਣੇ ਕੋਲ, ਸਰੋਂ ਇੱਧਰ ਸਿੱਧੀ ਕਰਨੀ ਆ ਅਤੇ ਉੱਧਰ ਲਾਉਣੇ ਆ ਟੋਈਏ। ਸਰੋਂ ਸੰਘਣੀ ਬਹੁਤ ਆ ਬਾਈ, ਇੱਧਰ ਤਾਂ ਆਪਾਂ ਨੇ ਪੱਟ ਲੈਣੀ, ਉੱਧਰ ਲਾ ਦੇਣੀ, ਇੱਧਰ ਖੁਰ ਖੁਰਾਂ ਹੀ ਆ ਗਏ। ਕਿਉਂਕਿ ਕਿੰਨੀ ਕੁ ਸੰਘਣੀ ਆ, ਚਲੋ ਦੇਖਦੇ ਆ ਹੁਣ ਪੱਟੋ ਇੰਨੇ ਜਿੰਨੀ ਕੁ ਲੱਗਦੀ ਆ ਪਹਿਲਾਂ ਉਹ ਤਾਂ ਲਾਈਏ, ਫਿਰ ਬਾਅਦ ਮੈਂ ਦੇਖਦੇ ਸਿੱਧਾ ਕਰਨਾ ਇਹਨੂੰ। ਮੈਂ ਕਹਿੰਦਾ ਇੱਕ ਥਾਂ ਤੇ ਹੀ ਬਹੁਤ ਪੱਟ ਹੋ ਜਾਣਾ ਤੁਹਾਡਾ। ਥੱਬੇ ਜੇ ਬਣਾ ਕੇ ਰੱਖ ਲਓ, ਠੀਕ ਨੀ, ਫਿਰ ਮੈਂ ਪੱਲੀ ਚੱਕ ਲਿਆਉਂਦਾ ਉਹਦੇ, ਮੈਂ ਪਾ ਕੇ ਲੈ ਜਾਊਂਗਾ ਉਹਨਾਂ ਨੂੰ। ਇਹਦੀ ਗੜਾਈ ਵੀ ਕਰਦੇ ਹੁਣ ਨਾਲ ਲੱਗਦੀ, ਗੜਾਈ ਹੋ ਜਾਏਗਾ, ਬਸ ਠੀਕ ਹੈ। ਇਸਕਾ ਹਾਂ ਨਾਲ ਲੱਗਦੇ ਹੀ ਗੜਾਈ ਕਰ ਦੇਣਾ ਇਸਕਾ, ਕਿ ਕਾਕਾਂਡਾ ਬਹੁਤ ਹੈ ਇਸਮੇ, ਇਸਮੇ ਗੰਨਾ ਵੀ ਹੈ ਨਾ ਬੀਜਿਆ ਵਾ। ਗੜਾਈ ਹੋ ਜਾਂਦੀ ਸਰੋਂ ਵਧੀਆ ਹੋ ਜਾਂਦੀ ਆ। ਪੱਟ ਨਹੀਂ ਹੁੰਦੀ, ਕੋਈ ਨੀ, ਬਥੇਰੀ ਆਪਣੇ ਸੰਘਣੀ ਤਾਂ ਬਹੁਤ ਆ ਇਹ, ਪਰ ਜਣੀ ਜੜ ਤੇ ਫੜ ਕੇ ਖਿੱਚੀ ਤਾਂ ਖਿੱਚ ਹੋਣੀ ਆ ਇਹ, ਮੈਂ ਵੀ ਨਾ ਉੱਪਰ ਤੇ ਹੀ ਤੋੜੀ ਜਾਈ। ਉੱਧਰ ਵੀ ਨਾ ਲਾ ਦੇ ਉੱਪਰ ਤੇ ਟੁੱਟੀ ਵੀ, ਉਹ ਜੜ ਜੜ ਵਾਲਾ ਲਾਇਓ, ਜੇ ਇੱਕ ਅੱਧਾ ਟੁੱਟ ਵੀ ਗਿਆ ਕੋਈ ਚੱਕਰ ਨਹੀਂ, ਉਹ ਲਾਇਓ ਨਾ ਉੱਧਰ। ਹਾਂ ਇਹ ਜੋ ਪੱਟ ਕੇ ਲਗਾਤੇ ਹੈ ਪਨੀਰੀ, ਹਾਂ ਪਨੀਰੀ, ਇਹ ਜੋ ਹੈ ਕਲਮ ਹੋ ਜਾਤੀ ਹੈ, ਇਹ ਜੋ ਹੈ ਬਹੁਤ ਵਧੀਆ ਹੋਤੀ ਹੈ ਬਾਅਦ ਚ। ਨਾਲੇ ਸਿੱਧੀ ਉਹ ਲੋਟ ਆਉਂਦਾ ਹੈ, ਸੂਰਜ ਵੀ ਆ ਗਿਆ ਬਾਈ, ਕੱਲ ਵਾਂਗੂ ਲੇਟ ਧੁੱਪ ਨਿਕਲੇਗਾ ਹਨਾ, ਧੁੰਦ ਬਹੁਤ ਆ। ਲੋ ਜੀ ਬਾਈ ਗੰਨੇ ਨੂੰ ਪਾਣੀ ਛੱਡਿਆ ਵਾ, ਕੂੜਾ ਪੈਣ ਲੱਗ ਗਿਆ, ਇਹਦੇ ਕਰਕੇ ਆਪਣਾ ਗੰਨੇ ਦਾ ਅੱਗ ਥੋੜ੍ਹਾ ਪੀਲਾ ਪੀਲਾ ਹੋਣ ਲੱਗ ਗਿਆ ਰੰਗ 'ਤੇ। ਮੈਂ ਦਿਖਾਉਂਦਾ ਤੁਹਾਨੂੰ ਬੈਕ ਕੈਮਰੇ ਨਾਲ, ਲਓ ਜੀ ਆਹ ਗੰਨਾ ਆਪਣਾ 238 ਬੀਜ, ਅਤੇ ਬਾਈ ਇਹਦਾ ਆਗ ਦਾ ਰੰਗ ਪਿਲਾ ਪਿਲਾ ਜਿਹਾ ਹੋਣ ਲੱਗ ਗਿਆ ਕੋਰੇ ਕਰਕੇ, ਅਤੇ ਇੱਧਰ ਆ ਗਿਰਿਆ ਵਾ ਆਪਣਾ ਹੈਗਾ 200, ਇਕੱਲਾ 88 ਆ ਇਹ, 288 ਆ ਖਾਲੀ, ਜਾਣੀ 88 ਬੀਜ ਕਹਿੰਦੇ ਇਹਨੂੰ, ਇਕੱਲਾ 88 ਆ ਮੈਨੂੰ ਲੱਗਦਾ ਜਿਹੜਾ ਆਪਣਾ ਟਾਲ ਵਾਸਤੇ ਆ, ਗਿਰਿਆ ਵਾ ਇਹ ਬਾਈ, ਇਹਨੂੰ ਬਾਦਵਾਂ ਪਾਣੀ ਛੱਡਣਾ, ਆ ਥੋੜ੍ਹਾ ਜਿਹਾ ਲੀਕ ਹੋ ਗਿਆ, ਅਤੇ ਇਹਨੂੰ ਆਹ ਥੋੜ੍ਹਾ ਜਿਹਾ ਰਹਿ ਗਿਆ ਭਰਨੇ ਨੂੰ ਬਸ, ਇਹਦੇ ਬਾਅਦ ਇਹਨੂੰ ਛੱਡਣਾ ਪਾਣੀ ਆਪਾਂ ਨੇ। ਅਤੇ ਆਹ ਵੀਰ 10 ਕਿੱਲਿਆਂ ਦੀ ਆਪਣੀ ਪਾਈਪਲਾਈਨ ਆ ਰਹੀ ਆ, 10 ਕਿੱਲਿਆਂ ਤੋਂ ਦੱਬੀ ਵੀ ਆ ਉਰੇ, ਅਤੇ ਧੁੰਦ ਕਰਕੇ ਥੋੜ੍ਹੀ ਜਿਹੀ ਮੋਟਰ ਦਿਖਦੀ ਹੋਣੀ ਆਪਣੀ, ਉਹ ਮੋਟਰ ਆ ਵੀ ਬਾਈ ਆਪਣੀ ਅੰਬ ਦੇ ਕੋਲ ਨੂੰ ਦਿਖਦੀ ਜਿਹੜੀ, 10 ਕਿੱਲਿਆਂ ਦੀ ਲਾਮ ਪਰ ਪਾਣੀ ਆਉਂਦਾ ਬਾਈ ਉਰੇ, ਅਤੇ ਇੱਕ ਮੋਗਾ ਥੋੜ੍ਹਾ ਜਿਹਾ ਨਹਾਏ ਗੱਬੇ ਆ, ਉਹ ਤਾਂ ਖੋਲਦੇ ਨਹੀਂ, ਘੱਟ ਵੱਧੇ ਖੋਲਦੇ, ਯਾਨੀ ਇਹ ਮੋਗੇ 'ਤੇ ਆਪਣਾ ਸਾਰੇ ਪਾਣੀ ਲੱਗ ਜਾਂਦਾ। ਚੱਲਦੀ ਮੋਟਰ ਚੱਲਦੀ ਆ ਬਾਈ, ਹਲੋ 1.5 ਕਿੱਲਾ ਅੱਜ ਭਰਨਾ, ਲਾਈਟ ਹੀ ਨਹੀਂ ਆਉਂਦੀ, 1.5 ਕਿੱਲਾ ਮਸੋਂ ਭਰਨਾ, ਫਿਰ ਉਹਦੇ ਬਾਅਦ ਆਹ 4 ਵਿਘੇ ਜਗ੍ਹਾ ਇਹ ਆ, ਅਤੇ ਹੈਗੀ ਬਾਈ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਜ਼ਮੀਨ, ਅਤੇ ਆਪਾਂ ਨੇ ਇਹਦੇ 'ਚ ਗੰਨਾ ਲਾਇਆ ਵਾ ਠੇਕੇ ਪਰ, ਅਤੇ ਇੱਧਰ ਇਹ ਆਪਣੇ ਘਰ ਦਾ 1.5 ਕਿੱਲਾ ਗੰਨੇ ਦਾ, ਬਾਕੀ ਉਹ ਮੋਟਰ ਪਰ ਆ।
ਕਣਕ ਬੀਜੀ ਵੀ ਕੋਈ ਗੰਨਾ ਬੀਜਿਆ ਕੁਛ ਅੱਜ ਸਰੋਂ ਦੇ ਟੋਈਏ ਵੀ ਲਾ ਰਹੇ ਬਈ ਉੱਥੇ ਉੱਧਰ ਵੀ ਡੇਢ ਕਿੱਲਾ ਗੰਨਾ ਹੀ ਬੀਜਤਾ ਆਪਣੇ ਐਤ ਕੇ ਹੁਣ ਸਰੋਂ ਲਾ ਰਹੇ ਉਹਦੇ ਮੈਂ ਟੋਈਏ ਲਓ ਜੀ ਬਈ ਪੱਛੀ ਲੱਗ ਗਏ ਲਾਉਣ ਅੱਧੇ ਜੇ ਤਾਂ ਲਾਤੀ ਜਿਹੜਾ ਆਪਣੇ ਗੰਨਾ ਬੀਜਿਆ ਤਾਂ ਬਾਅਦ 'ਚ ਅਤੇ ਕੁਰਕੁਰ ਕਿੱਕਣ ਬਸ ਠੀਕ ਹੈ ਲਗਾ ਦਿਆ ਹੈ ਆਪ ਜਾ ਕੇ ਫਿਰ ਪਟੇਂਗੇ ਗਿੱਠ ਗਿੱਠ ਦੇ ਫਾਸਲੇ ਪਰ ਲਗਾ ਦਈਏ ਫੁੱਟ ਫੁੱਟ ਪੇ ਬਹੁਤ ਠੀਕ ਹੈ ਇਹਨੂੰ ਪਾਣੀ ਭਰ ਦੇਣਾ ਹੁਣ ਆਪਾਂ ਨੇ ਪਾਣੀ ਕੱਲ ਨੂੰ ਭਰ ਦਈਏ ਕੱਲ ਕੋ ਭਰੇਂਗੇ ਪਾਣੀ ਇਸਕੋ ਤੇ ਇੱਕ ਬਈ ਆਹ ਆਪਾਂ ਕਾਕੰਡਾ ਜਿਹਾ ਹੋਇਆ ਵਾ ਤਾ ਇਹਨੂੰ ਕੁਛ ਨਹੀਂ ਕਰਿਆ ਆਪਣੇ ਪਾਣੀਓ ਲਾਇਆ ਵਾ ਤਾ ਨਾ ਐਂ ਪੈਰਾਂ ਨਾਲ ਮਿੱਟੀ ਪਾਈ ਵੀ ਸੀ ਅਤੇ ਕਾਕੰਡਾ ਹੋਇਆ ਵਾ ਇੱਕ ਅਤੇ ਇੱਕਣਾ ਪੰਜੀ ਜੀ ਫੇਰ ਕੇ ਕਾਕੰਡਾ ਜਾਂ ਮਾੜਾ ਜਿਹਾ ਲੋਟ ਆ ਜਾਣ ਅਤੇ ਇੱਧਰ ਉਹ ਡੌਲਾਂ ਦਿਖਦੀਆਂ ਹੋਣੀਆਂ ਤੁਹਾਨੂੰ ਇਹਨਾਂ ਵਾ ਪੰਜੀ ਫੇਰਨੇ ਵਾਲੀ ਇੱਧਰ ਫੇਰੀ ਥੋੜ੍ਹਾ ਜਿਹਾ ਕੱਖ ਜਿਹਾ ਉਹ ਹੋ ਜਾਂਦਾ ਪੰਜੀ ਜੀ ਮਰੀ ਜਾਂਦੇ ਮੂਹਰੇ ਮੂਹਰੇ ਤਾਂ ਜੋ ਪੱਛੀ ਵਧੀਆ ਲੱਗ ਜਾਵੇ ਨਹੀਂ ਕੱਖ ਨਾਲੇ ਲੱਗੇ ਆਉਣਾ ਬਰਾਬਰ ਲਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਚੱਲ ਕੋਈ ਨੀ ਫਿਰ ਤਾਂ ਕੱਲ ਨੂੰ ਭਰ ਜੂ ਦੇਖੋ ਜੀ ਬੰਦਾ ਰੌਣਕ ਜਗਮੋਹਨ ਸਿੰਘ ਸਪੇਨ ਤੋਂ ਜਿਹੜੀ 10 ਮਿੰਟ ਮਾ ਗੋਰਾ ਵੀ ਹੈਲੋ ਹਾਈ ਕਰਕੇ ਉਹ ਖੜ ਜਾ ਤੈ ਪਿੱਛੇ ਉਹੀ ਟਕ ਟਕ ਲਾਈ ਖੜਦੀ ਹੁੰਦਾ ਖੜ ਜਾ 10 ਮਿੰਟ ਇਹਨੂੰ ਪਤਾ ਵੀ ਬਸ ਠੰਡ ਉਤਰੀ ਇਹਨੂੰ ਪਤਾ ਨੀ ਨਾ ਆਪਣੀ ਭੈਣ ਆਈ ਦੀ ਇੱਕ ਅਮਰੀਕਾ ਤੇ ਅੱਜ ਮਿਲ ਕੇ ਗਈ ਹੈ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਰਕੇ ਗਈ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਤੁਹਾਡਾ ਤੁਸੀਂ ਸਾਡੀ ਵੀਡੀਓ ਦੇਖਦੇ ਇੰਨੇ ਪਿਆਰ ਵਾਸਤੇ ਚੱਲ ਇਹਨੇ ਤੂੰ ਆਇਆ ਇਹਨੇ ਲੱਗ ਗਏ ਫੇਰ ਸਹੀ ਕੋਈ ਨੀ ਹੈ ਨੀ ਤੇ ਬੰਦੇ ਆਲੇ ਦਾਲੇ ਗਏ ਬੇਟੇ ਅਬੇ ਧਾਗਾ ਰਾਖੜੀ ਬੰਨ ਗਈ ਇੰਨਾ ਪਿਆਰ ਕਰਦੇ ਆ ਨਹੀਂ ਸਾਨੂੰ ਕਿਹੜਾ ਜਾਣਦਾ ਟੋਪੇ ਡੱਡੂਆਂ ਨੂੰ ਟੋਪੇ ਡੱਡੂਆਂ ਸਾਰੇ ਫੈਮਿਲੀ ਮੈਂਬਰ ਬਾਕੀ ਹੁਣ ਠੰਡ ਦਾ ਮੌਸਮ ਆ ਗਿਆ ਅੱਗੇ ਠੰਡ ਹੁਣ ਤੱਕ ਤਾਂ ਨਹੀਂ ਪਈ ਹੁਣ ਲੱਗ ਪੈਣਾ ਪੈਣ ਲੱਗ ਗਈ ਜਦ ਤੇ ਆਹ ਸੰਗਰਾਂਦ ਸ਼ੁਰੂ ਹੋ ਗਿਆ ਸ਼ੀਤੀ ਜੋੜ ਮੇਲੇ ਸ਼ੁਰੂ ਹੋ ਗਏ ਹੁੰਦਾ ਗੀ ਹੁਣ ਧੁੰਦ ਵਧੀ ਆਈ ਜਾਣੀ ਠੰਡ ਦਾ ਪਈ ਜਾਂਦਾ ਫਰਕ ਮੀਂਹ ਪੈ ਜਾਵੇ ਨਾ ਇੱਕ
ਪਰ ਹੁਣ ਮੀਂਹ ਵੀ ਅਸੀਂ ਕਿਹਾ ਕਿ ਪਵਾ ਦੇ ਹੁਣ ਸਭਾ ਦੇ ਦਿਨ ਚੱਲ ਪਏ ਉਹਨਾਂ ਫਿਰ ਖਰਾਬ ਕਰਨ ਦਾ ਕੰਮ ਜਿਹੜੇ ਚੱਲਦੇ ਪ੍ਰੋਗਰਾਮ ਖਰਾਬ ਹੋ ਗਿਆ ਪ੍ਰੋਗਰਾਮ ਖਰਾਬ ਚੱਲ ਪਾਇਆ ਤਾਂ ਜਾਂਦਾ ਗਿਣਵਣ ਕਾਣੇ ਜੀ ਹੋ ਜਾਂਦੀ ਮਾੜੀ ਮੋਟੀ ਵਿੱਚ ਸਾਫ ਜਿਹਾ ਪੈ ਲਵੇ ਜਿਹੜਾ ਪੈਣਾ ਚਲੋ ਨਾਲੇ ਫਸਲਾਂ ਨੂੰ ਹੁਣ ਪਾਣੀ ਦੂਆ ਮੰਗਦੇ ਆ ਸਾਰੀਆਂ ਕੀ ਕਰਦਾ ਸਵੇਰ ਤੋਂ ਤੂੰ ਦਿਖੀ ਨਹੀਂ ਅੱਜ ਮੈਂ ਉਧਰ ਟੋਈਏ ਲਵਾਉਣ ਲੱਗਿਆ ਭਈਆ ਤੇ ਭਈਏ ਤੇਰੇ ਲੱਗੇ ਵੇ ਤੇ ਭਾਈ ਤਾਂ ਹੀ ਹਾਂ ਤੇ ਮੈਂ ਇੱਕ ਸਾਲ ਗੰਨੇ ਨੂੰ ਪਾਣੀ ਛੱਡਿਆ ਵਾ ਮੈਨੂੰ ਦੁਬੱਲੇ ਜਾਣਾ ਪੈਂਦਾ ਤਾਂ ਮਾਸੜ ਵੀ ਬਿਜੀ ਅੱਜ ਇਕੱਠੇ ਨੀ ਹੋਏ ਦੱਸਿਆ ਤਾਂ ਕੱਲ ਬਾਅਦ ਫਿਰ ਗਿਆ ਗੁਰਦੁਆਰਾ ਪਿੰਦਰਾਖ ਸਨਕੌਰ ਗਿਰਲੀ ਸਨਕੌਰ ਨੇ ਰਿਜ਼ਲਟ ਦਿੱਤਾ ਨੀ ਬਾਈ ਦਾ ਫੋਨ ਆਇਆ ਮੈਨੂੰ ਤੇ ਉਹ ਕਹਿੰਦਾ ਬਾਈ ਕਦ ਰੋਕਣ ਵਾਸਤੇ ਦੋ ਵਾਰ ਹੋ ਗਈ ਬਾਈ ਕਹਿੰਦਾ ਰਿਜ਼ਲਟ ਦੇਖਿਓ ਕਹਿੰਦਾ ਝਾੜ ਦੇਖਿਓ ਸਤਿ ਸ੍ਰੀ ਅਕਾਲ ਜੀ।